ਅਗਲੀ ਖਬਰ ਵੱਲ ਚਲੀਏ ਜਿਹੜੀਆਂ ਕੱਲ ਇਲੈਕਸ਼ਨਸ ਹੋ ਕੇ ਹੱਡੀਆਂ ਕਈ ਸਟੇਟਸ ਦੇ ਵਿੱਚ ਫਲੋਰੀਡਾ ਦੇ ਵਿੱਚ ਡੈਮੋਕ੍ਰੈਟਿਕ ਵੋਟਰਸ ਨੇ ਕਾਂਗਰਸਮੈਨ ਚਾਰਲੀ ਕ੍ਰਿਸਟ ਨੂੰ ਪਿਕਅਪ ਕੀਤਾ ਹੈ ਜੋ ਕਿ ਫਲੋਰੀਡਾ ਦੇ ਰਿਪਬਲਿਕਨ ਗਵਰਨਰ ਰੌਨ ਡਿਸੈਂਟਰਸ ਨੂੰ ਜੋ ਮਿਡਟਰਮ ਇਲੈਕਸ਼ਨ ਹੋਣੀਆਂ ਹੈਗੀਆਂ ਨਵੰਬਰ ਦੇ ਵਿੱਚ ਟੱਕਰ ਦੇਊਗਾ ਮਿਸਟਰ ਕ੍ਰੇਸ ਨੇ ਸਟੇਟ ਦੇ ਐਗਰੀਕਲਚਰ ਕਮਿਸ਼ਨਰ ਰਿੱਕੀ ਫਰਾਇਡ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਹਰਾਇਆ ਹੈਗਾ ਤੇ ਡੈਮੋਕ੍ਰੇਟਸ ਪੂਰੇ ਜੋਰ ਲਾ ਰਹੇ ਆ ਕਿ ਜੋ ਮਿਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ ਆ ਉਹਦੇ ਵਿੱਚ ਜੋ ਗਵਰਨਰ ਆ ਉਹਨੂੰ ਓਵਰਟਰਨ ਕਰ ਸਕਣ ਪਰ ਡੈਮੋਕ੍ਰੇਟਸ ਦੀ ਪੋਜੀਸ਼ਨ ਇਸ ਟਾਈਮ ਦੇ ਉੱਤੇ ਕਾਫੀ ਗੁੱਡ ਨਹੀਂ ਹੈਗੀ ਤੇ ਦੇਖਦੇ ਆ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈਗਾ ਜੀ ਬਿਲਕੁਲ ਉੱਥੇ ਤੋਂ ਗਵਰਨਰ ਡਿਸੈਂਟਸ ਵਿਵਾਦਾਂ ਦੇ ਵਿੱਚ ਵੀ ਰਿਹਾ ਹੈ ਆਪਣੀਆਂ ਖਾਸ ਕਰਕੇ ਟਿੱਪਣੀਆਂ ਨੂੰ ਲੈ ਕੇ ਤੇ ਜਿਹੜੇ ਨਵੇਂ ਲੈ ਕੇ ਆ ਰਿਹਾ ਜਿਹੜਾ ਕਾਨੂੰਨ ਆ ਉਸ ਨੂੰ ਲੈ ਕੇ ਸੋ ਹੁਣ ਦੇਖੋ ਕਿੱਦਾਂ ਦੀ ਜਿਹੜੀ ਉਹ ਗੱਲ ਰਹਿੰਦੀ ਆ ਓਵਰਆਲ ਥੋੜਾ ਜਿਹਾ ਕਿੰਨੇ ਆ ਵੀ ਚੇਂਜ ਹੋਏ ਆ ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਪੋਲਿੰਗ ਹੋਈ ਸੀ ਇੱਕ ਕੰਜ਼ਰਵੇਟਿਵ ਜਿਹੜੇ ਪੋਲ ਕਰਵਾਉਂਦੇ ਉਹਨਾਂ ਦੇ ਵਿੱਚ ਉਹਦੇ ਵਿੱਚ ਅਪਰੂਵਲ ਰੇਟਿੰਗ ਬਾਈਡਨ ਹੁਣਾ ਦੀ ਵਧੀਆ ਡੈਮੋਕ੍ਰੇਟਸ ਨੂੰ ਇਦਾਂ ਲੱਗ ਰਿਹਾ ਵੀ ਜਿਹੜੇ ਬੀਤੇ ਦਿਨਾਂ ਚ ਕਈ ਬਾਈਪਾਰਟਿਜ਼ਨ ਜਿਹੜੇ ਬਿੱਲ ਲੈ ਕੇ ਆਉਂਦੇ ਆ ਕਈ ਕੁਸ਼ ਕੀਤਾ ਆ ਅੱਜ ਜਿਹੜਾ ਸਟੂਡੈਂਟ ਲੋਨ ਵਾਲਾ ਕੀਤਾ ਮੇਬੀ ਇਹ ਸਾਰੀਆਂ ਚੀਜ਼ਾਂ ਦਾ ਅਸਰ ਉਸ ਤੇ ਉੱਤੇ ਇਲੈਕਸ਼ਨ ਦੇ ਉੱਤੇ ਮਿਡਟਰਮ ਇਲੈਕਸ਼ਨਸ ਦੇ ਵਿੱਚ ਹੋਵੇ ਸੋ ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ ਵੀ ਅਸਲ ਦੇ ਵਿੱਚ ਕਿਦਾਂ ਦਾ ਅਸਰ ਜਿਹੜਾ ਆ ਉਹ ਹੁੰਦਾ ਆ ਲੈਟਸ ਸੀ ਕੀ ਬਣਦਾ ਪਰ ਕਈ ਥਾਵਾਂ ਦੇ ਉੱਤੇ ਚੰਗਾ ਕਮਸਾਨ ਜਿਹੜਾ ਉਹ ਦੇਖਣ ਨੂੰ ਮਿਲਣਗੀਆਂ ਜਿਹੜੀਆਂ ਡੀਪ ਬਲੂ ਜਾਂ ਡੀਪ ਰੈੱਡ ਸਟੇਟਸ ਆ ਉੱਥੇ ਭਾਵੇਂ ਬਹੁਤਾ ਅਸਰ ਨਾ ਹੋਵੇ ਪਰ ਜਿਹੜੀਆਂ ਮਿਡਲ ਗਰਾਉਂਡਸ ਹੈਗੀਆਂ ਬੇਸਿਕਲੀ ਜਿੱਥੇ ਦੋਨਾਂ ਦੇ ਸਿੰਘ ਚੰਗੇ ਫਸਦੇ ਆ ਉੱਥੇ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਦੇਖਣ ਨੂੰ ਮਿਲ ਸਕਦੀਆਂ ਆ ਉੱਥੇ ਚੰਗੇ ਕਮਸਾਨ ਪੋਲਿਟੀਕਲ ਲੜਾਈਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ। ਅਗਲੀ ਖਬਰ ਵੱਲ ਚਲੀਏ ਜਿਹੜੀਆਂ ਕੱਲ ਇਲੈਕਸ਼ਨਸ ਹੋ ਕੇ ਹੱਡੀਆਂ ਕਈ ਸਟੇਟਸ ਦੇ ਵਿੱਚ ਫਲੋਰੀਡਾ ਦੇ ਵਿੱਚ ਡੈਮੋਕ੍ਰੈਟਿਕ ਵੋਟਰਸ ਨੇ ਕਾਂਗਰਸਮੈਨ ਚਾਰਲੀ ਕ੍ਰਿਸਟ ਨੂੰ ਪਿਕਅਪ ਕੀਤਾ ਹੈ ਜੋ ਕਿ ਫਲੋਰੀਡਾ ਦੇ ਰਿਪਬਲਿਕਨ ਗਵਰਨਰ ਰੌਨ ਡਿਸੈਂਟਰਸ ਨੂੰ ਜੋ ਮੀਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ ਨਵੰਬਰ ਦੇ ਵਿੱਚ ਟੱਕਰ ਦੇਊਗਾ। ਮਿਸਟਰ ਕ੍ਰੇਸ ਨੇ ਸਟੇਟ ਦੇ ਐਗਰੀਕਲਚਰ ਕਮਿਸ਼ਨਰ ਰਿੱਕੀ ਫਰਾਇਡ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਹਰਾਇਆ ਹੈਗਾ ਤੇ ਡੈਮੋਕ੍ਰੇਟਸ ਪੂਰੇ ਜੋਰ ਲਾ ਰਹੇ ਆ ਕਿ ਜੋ ਮਿਡ ਟਰਮ ਇਲੈਕਸ਼ਨ ਹੋਣੀਆਂ ਹੈਗੀਆਂ ਆ ਉਹਦੇ ਵਿੱਚ ਜੋ ਗਵਰਨਰ ਆ ਉਹਨੂੰ ਓਵਰਟਰਨ ਕਰ ਸਕਣ ਪਰ ਡੈਮੋਕ੍ਰੇਟਸ ਦੀ ਪੋਜੀਸ਼ਨ ਇਸ ਟਾਈਮ ਦੇ ਉੱਤੇ ਕਾਫੀ ਗੁੱਡ ਨਹੀਂ ਹੈਗੀ ਤੇ ਦੇਖਦੇ ਆ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਹੈਗਾ ਜੀ ਬਿਲਕੁਲ ਉੱਥੇ ਤਾਂ ਗਵਰਨਰ ਡਿਸੈਂਟਸ ਵਿਵਾਦਾਂ ਦੇ ਵਿੱਚ ਵੀ ਰਿਹਾ ਹੈ ਆਪਣੀਆਂ ਖਾਸ ਕਰਕੇ ਟਿੱਪਣੀਆਂ ਨੂੰ ਲੈ ਕੇ ਤੇ ਜਿਹੜੇ ਨਵੇਂ ਲੈ ਕੇ ਆ ਰਿਹਾ ਜਿਹੜਾ ਕਾਨੂੰਨ ਆ ਉਸ ਨੂੰ ਲੈ ਕੇ ਸੋ ਹੁਣ ਦੇਖੋ ਕਿੱਦਾਂ ਦੀ ਜਿਹੜੀ ਉਹ ਗੱਲ ਰਹਿੰਦੀ ਆ ਓਵਰਆਲ ਥੋੜਾ ਜਿਹਾ ਕਿੰਨੇ ਆ ਵੀ ਚੇਂਜ ਹੋਏ ਆ ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਪੋਲਿੰਗ ਹੋਈ ਸੀ ਇੱਕ ਕੰਜ਼ਰਵੇਟਿਵ ਜਿਹੜੇ ਪੋਲ ਕਰਵਾਉਂਦੇ ਉਹਨਾਂ ਦੇ ਵਿੱਚ ਉਹਦੇ ਵਿੱਚ ਅਪਰੂਵਲ ਰੇਟਿੰਗ ਬਾਈਡਨ ਹੁਣਾ ਦੀ ਵਧੀਆ ਡੈਮੋਕ੍ਰੇਟਸ ਨੂੰ ਇਦਾਂ ਲੱਗ ਰਿਹਾ ਵੀ ਜਿਹੜੇ ਬੀਤੇ ਦਿਨਾਂ ਚ ਕਈ ਬਾਈਪਾਰਟਿਜ਼ਨ ਜਿਹੜੇ ਬਿੱਲ ਲੈ ਕੇ ਆਉਂਦੇ ਆ ਕਈ ਕੁਸ਼ ਕੀਤਾ ਆ ਅੱਜ ਜਿਹੜਾ ਸਟੂਡੈਂਟ ਲੋਨ ਵਾਲਾ ਕੀਤਾ ਮੇਬੀ ਇਹ ਸਾਰੀਆਂ ਚੀਜ਼ਾਂ ਦਾ ਅਸਰ ਉਸ ਤੇ ਉੱਤੇ ਇਲੈਕਸ਼ਨ ਦੇ ਉੱਤੇ ਮਿਡਟਰਮ ਇਲੈਕਸ਼ਨਸ ਦੇ ਵਿੱਚ ਹੋਵੇ ਸੋ ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ ਵੀ ਅਸਲ ਦੇ ਵਿੱਚ ਕਿਦਾਂ ਦਾ ਅਸਰ ਜਿਹੜਾ ਆ ਉਹ ਹੁੰਦਾ ਆ ਲੈਟਸ ਸੀ ਕੀ ਬਣਦਾ ਪਰ ਕਈ ਥਾਵਾਂ ਦੇ ਉੱਤੇ ਚੰਗਾ ਕਮਸਾਨ ਜਿਹੜਾ ਉਹ ਦੇਖਣ ਨੂੰ ਮਿਲਣਗੇ ਜਿਹੜੀਆਂ ਡੀਪ ਬਲੂ ਜਾਂ ਡੀਪ ਰੈੱਡ ਸਟੇਟਸ ਆ ਉੱਥੇ ਭਾਵੇਂ ਬਹੁਤਾ ਅਸਰ ਨਾ ਹੋਵੇ ਪਰ ਜਿਹੜੀਆਂ ਮਿਡਲ ਗਰਾਉਂਡਸ ਹੈਗੀਆਂ ਬੇਸਿਕਲੀ ਜਿੱਥੇ ਦੋਨਾਂ ਦੇ ਸਿੰਘ ਚੰਗੇ ਫਸਦੇ ਆ ਉੱਥੇ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਦੇਖਣ ਨੂੰ ਮਿਲ ਸਖਦੀਆਂ ਆ ਉੱਥੇ ਚੰਗੇ ਕਮ ਇਸ਼ਾਨ ਪੋਲਿਟੀਕਲ ਲੜਾਈਆਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲ ਲਗੀ ਆ